ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਗਰਲਸ ਸਟੌ ਬੇਬੀ ਫਰਕਸ ਕੀ ਵੀ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਸਿਰਫ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਇੱਕ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਰਿਪੀਟ ਹੁੰਦੀ ਹੈ ਕੁਆਲਿਟੀ ਪਾਸੇ ਤੋਂ ਇਹ ਹੀ ਦੋ ਸਲਾਈਆਂ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਂਦੇ ਹਾਂ ਤਾਂ ਜਿਹੜਾ ਇਹ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਹੈ ਤੇ ਜਿਹੜੇ ਲਈ ਆਪਾਂ ਕੁੰਡੇ ਲੈਣੇ ਆ ਇਵਨ ਨੰਬਰ ਵਿੱਚ ਕੁੰਡੇ ਲੈਣੇ ਆ ਜੋਟੇ ਦੇ ਹਿਸਾਬ ਨਾਲ ਜਿਵੇਂ 2 2 2 ਇਸ ਤਰ੍ਹਾਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਣਾ ਹੈ ਇਸ ਲਈ ਜਿਹੜੇ ਕੁੰਡੇ ਰੱਖਾਂਗੇ ਆਪਾਂ ਦੋ ਕੁੰਡਿਆਂ ਦੇ ਦੋ ਦੋ ਇਸ ਤਰ੍ਹਾਂ ਕੁੰਡੇ ਰੱਖਾਂਗੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਸੈੱਟ ਹੋ ਜਾਊਗਾ ਜੋ ਤੇਰੇ ਹਿਸਾਬ ਨਾਲ ਕੁੰਡੇ ਲੈਣੇ ਆ ਕਿਸੇ ਵੀ ਪਾਛਮ ਨਾਲ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਮੈਂ ਤੁਹਾਨੂੰ ਇਹ ਡਿਜ਼ਾਈਨ 10 ਨੰਬਰ ਸਲਾਈਆਂ ਤੇ ਤੇ ਵਰਦਮਾ ਆਂ ਦੀ ਇਸ ਤਰ੍ਹਾਂ ਦੀ ਤਿੰਨ ਪ্লাই ਪਾਛਮ ਮੇਰੇ ਕੋਲ ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਚਲੋ ਫਿਰ ਸ਼ੁਰੂ ਕਰਦੀਆਂ ਪੈਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਮੈਂ ਇੱਥੇ ਥੋੜਾ ਜਿਹਾ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਜਾਂ ਆਪ ਪੈਸ ਨੂੰ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹਾਂ ਨੀਚੇ ਇਸ ਤਰ੍ਹਾਂ ਦਾ ਬਾਰਡਰ ਬਣਾ ਕੇ ਨਾਲ ਇਸ ਤਰ੍ਹਾਂ ਬਟਨ ਪੱਟੀ ਚ ਲਾਉਂਦੇ ਜਾਵਾਂਗੇ ਤੇ ਜਿਹੜਾ ਇੱਧਰ ਆਪਾਂ ਹੋਰ ਡਿਜ਼ਾਈਨ ਉੱਪਰ ਸੈੱਟ ਕਰ ਸਕਦੇ ਹਾਂ ਜੇਕਰ ਤੁਸੀਂ ਸਾਰਾ ਇਹ ਡਿਜ਼ਾਈਨ ਬਣਾਉਣਾ ਤਾਂ ਇਹ ਹੀ ਡਿਜ਼ਾਈਨ ਬਣਾ ਸਕਦੇ ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਹਿਲਾਂ ਮੈਂ ਤੁਹਾਨੂੰ ਜਿਹੜੇ ਕੁੰਡੇ ਪਾ ਕੇ ਦਿਖਾਵਾਂਗੀ ਸਿੰਗਲ ਧਾਗੇ ਨਾਲ ਜਿਹੜੇ ਕੁੰਡੇ ਕਿਸ ਤਰ੍ਹਾਂ ਮੈਂ ਪਾਈ ਹੈ ਇੱਥੇ ਮੈਂ ਜਿਹੜਾ ਇਹ ਡਿਜ਼ਾਈਨ 30 ਕੁੰਡਿਆਂ ਤੇ ਬਣਾਇਆ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਡਿਜ਼ਾਈਨ ਬਣਾਉਣਾ ਮੈਂ ਜਿਹੜੇ ਇਹ ਕੁੰਡੇ ਇਸ ਤਰ੍ਹਾਂ ਸਿੰਗਲ ਥ्रेड ਨਾਲ ਪਾਏ ਆ ਤੁਸੀਂ ਜਿਸ ਤਰ੍ਹਾਂ ਵੀ ਕੁੰਡੇ ਤੁਹਾਨੂੰ ਸੌਖੇ ਲੱਗਦੇ ਉਸੇ ਤਰ੍ਹਾਂ ਤੁਸੀਂ ਕੁੰਡੇ ਪਾ ਲੈਣੇ ਆ ਜਿਹੜੇ ਮੈਂ ਇੱਥੇ ਕੁੰਡੇ ਪਾਏ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕਿਸ ਤਰ੍ਹਾਂ ਮੈਂ ਕੁੰਡੇ ਪਾਏ ਆ ਇੱਧਰ ਆਪਣਾ ਜਿਹੜਾ ਜਿੰਨਾ ਆਪਾਂ ਨੂੰ ਥ੍ਰੈਡ ਚਾਹੀਦਾ ਹੋਗਾ ਇਸ ਤਰ੍ਹਾਂ ਆਪਾਂ ਛੱਡ ਲੈਣਾ ਜਿੰਨੇ ਕੁੰਡੇ ਪਾਉਣੇ ਹੋਣਗੇ ਉਸ ਹਿਸਾਬ ਨਾਲ ਤੇ ਇੱਧਰ ਆਪਣਾ ਆ ਜਾਂਦਾ ਹੈ ਗੋਲੇ ਵਾਲਾ ਥ੍ਰੈਡ ਜਦੋਂ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਇਸ ਥ੍ਰੈਡ ਨੂੰ ਕਰਦੇ ਆ ਇੱਕ ਕੁੰਡਾ ਆਪਣਾ ਇਹ ਬਣ ਜਾਂਦਾ ਹੁਣ ਆਪਾਂ ਇਸ ਤਰ੍ਹਾਂ ਇੱਕ ਥ੍ਰੈਡ ਇੱਧਰ ਆਪਣਾ ਤੇ ਇੱਕ ਇੱਧਰ ਗੋਲੇ ਵਾਲਾ ਥ੍ਰੈਡ ਇਸ ਤਰ੍ਹਾਂ ਵਾਲਾ ਪਾ ਕੇ ਅੰਗੂਠੇ ਤੇ ਇਹ ਥ੍ਰੈਡ ਆਪਾਂ ਸਲਾਈ ਨਾਲ ਚੱਕਣਾ ਇਸ ਤਰ੍ਹਾਂ ਫਿਰ ਇਹ ਥ੍ਰੈਡ ਇਸ ਤਰ੍ਹਾਂ ਵਿੱਚ ਦੀ ਕੱਢਣਾ दो कुंडे हो गए फिर उस तरह तीन चार पांच, छे सत्त अट्ठ इस तरह करके मैं भी कुंडे पाऊँगी भी कुंडू ये तो डिजाइन बना के दिखाऊंगी दो सलांगा डिजाइन दियां ਇਸ ਤਰ੍ਹਾਂ ਮੈਂ 20 ਕੁੰਡੇ ਪਾ ਲਈ ਸਲਾਈ ਤੇ ਜਦੋਂ ਆਪਾਂ ਇਸ ਤਰ੍ਹਾਂ ਸਿੰਗਲ ਤਾਂ ਅੱਗੇ ਨਾ ਕੁੰਡੇ ਪਾਉਣੇ ਤਾਂ ਹੁਣ ਆਪਣੀ ਇਹ ਆ ਗਈ ਸਿੱਧੀ ਸਿੱਧਾ ਪਾਸਾ ਆ ਗਿਆ ਇਧਰ ਸਲਾਈ ਆਪਣੀ ਸ਼ੁਰੂ ਹੁੰਦੀ ਹੈ ਜੇਕਰ ਆਪਾਂ ਡਿਜ਼ਾਈਨ ਜਿਹੜਾ ਸਿੱਧੇ ਪਾਸੇ ਤੋਂ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਇੱਕ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਫਿਰ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਧਰ ਆਪਣਾ ਸਿੱਧਾ ਪਾਸਾ ਹੁੰਦਾ ਹੈ ਪਰ ਜਿਹੜਾ ਇਹ ਡਿਜ਼ਾਈਨ ਇਹ ਉਲਟੇ ਪਾਸੇ ਤੋਂ ਸ਼ੁਰੂ ਹੁੰਦਾ ਹੈ ਪਹਿਲਾਂ ਇੱਕ ਸਲਾਈ ਉਲਟੇ ਪਾਸੇ ਤੋਂ ਬਣਾ ਕੇ ਤੇ ਇੱਕ ਸਲਾਈ ਸਿੱਧੇ ਪਾਸੇ ਤੋਂ ਬਣਾਉਣੀ ਹੈ। ਇਹ ਹੀ ਦੋ ਸਲਾਈਆਂ ਆਪਾਂ ਰਿਪੀਟ ਕਰਨੀਆਂ। ਪਹਿਲੀ ਸਲਾਈ ਆਪਣੇ ਡਿਜ਼ਾਈਨ ਦੇ ਇਸ ਤਰ੍ਹਾਂ ਬਣੂਗੀ। ਇੱਕ ਕੁੰਡਾ ਪਹਿਲਾਂ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ। ਜਾਂ ਤਾਰ ਲਾਂਗੇ ਆਪਣੀ ਮਰਜ਼ੀ ਉਲਟਾ ਬਣਾਓ ਚਾਹੇ ਉਤਾਰੋ। ਹੁਣ thread ਆਪਾਂ ਅੱਗੇ ਰੱਖਣਾ ਇਸ ਤਰ੍ਹਾਂ। ਇਹ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਹੁਣ ਆਪਣਾ। ਇਹਨਾਂ ਵਿੱਚ ਇੱਕ ਕੁੰਡਾ ਛੱਡ ਕੇ ਆਪਾਂ ਪਹਿਲਾਂ ਇਹ ਦੂਸਰਾ ਕੁੰਡਾ ਇਸ ਤਰ੍ਹਾਂ ਉਲਟਾ ਬਣਾ ਲੈਣਾ। ਇਸ ਤਰ੍ਹਾਂ ਕਰਕੇ ਉਲਟਾ ਕੁੰਡਾ ਬਣਾ ਲੈਣਾ ਆਪਾਂ। ਹੁਣ ਇੱਕ ਕੁੰਡਾ ਆਪਣਾ ਹੀ ਰਹਿ ਗਿਆ ਜਿਹੜਾ ਪਹਿਲਾਂ ਛੱਡਿਆ। ਥ੍ਰੈਡ ਸਲਾਈ ਤੇ ਲਪੇਟਣਾ ਆਪਾਂ ਫੇਰ ਆਪੈ ਨੂੰ ਬਣਾ ਲੈਣਾ। ਇਸ ਤਰ੍ਹਾਂ। ਦੋ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣ ਗਏ। ਹੁਣ ਅੱਗੇ ਫੇਰ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਉਸੇ ਤਰ੍ਹਾਂ ਪਹਿਲਾਂ ਆਪਾਂ ਇਹ ਕੁੰਡਾ ਬਣਾ ਲੈਣਾ ਉਲਟਾ ਇਸ ਤਰ੍ਹਾਂ ਦੂਸਰਾ ਕੁੰਡਾ ਥ੍ਰੈਡ ਨੂੰ ਸਲਾਈ ਤੇ ਲਪੇਟਾਂਗੇ ਦੋ ਕੁੰਡੇ ਬਣ ਗਏ ਹੁਣ ਪਹਿਲਾ ਕੁੰਡਾ ਆਪਾਂ ਜਿਹੜਾ ਛੱਡਿਆ ਸੀ ਕੁੰਡਾ ਹੁਣ ਆਪਾਂ ਇਹਨੂੰ ਉਲਟਾ ਬਣਾ ਲਾਂਗੇ ਫੇਰ ਉਸੇ ਤਰ੍ਹਾਂ ਇਹ ਦੋ ਕੁੰਡਿਆਂ ਤੇ ਉਸੇ ਤਰ੍ਹਾਂ ਡਿਜ਼ਾਈਨ ਪਹਿਲਾਂ ਆਪਾਂ ਇਹ ਦੂਸਰਾ ਕੁੰਡਾ ਬਣਾ ਲੈਣ। ਥ੍ਰੈਡ ਸਲਾਈ ਤੇ ਲਪੇਟਾਂਗੇ ਫਿਰ ਫਿਰ ਆਪਾਂ ਇਹ ਪਹਿਲਾ ਕੁੰਡਾ ਬਣਾ ਲਾਂਗੇ। ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ ਪਹਿਲਾਂ ਆਪਾਂ ਦੂਸਰਾ ਕੁੰਡਾ ਉਲਟਾ ਬਣਾ ਲਾਂਗੇ। ਥ੍ਰੈਡ ਨੂੰ ਸਲਾਈ ਤੇ ਲਪੇਟਾਂਗੇ ਫਿਰ ਆਪਾਂ ਇਹ ਪਹਿਲਾ ਕੁੰਡਾ ਬਣਾ ਲਾਂਗੇ। ਫੇਰ ਸਲਾਈ ਤੇ ਇਸ ਤਰ੍ਹਾਂ ਉਤਾਰ ਦੇਾਂਗੇ ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਦੂਸਰਾ ਕੁੰਡਾ ਇਸ ਤਰ੍ਹਾਂ ਉਲਟਾ ਬਣਾ ਲਾਂਗੇ thread ਸਲਾਈ ਤੇ ਲਪੇਟਣਾ ਫੇਰ ਆਪਾਂ ਇਹ ਪਹਿਲਾ ਕੁੰਡਾ ਉਲਟਾ ਬਣਾ ਲਾਂਗੇ ਫਿਰ ਸਲਾਈ ਤੇ ਉਤਾਰ ਦੇਾਂਗੇ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਇਹ ਸਲਾਈ ਤੇ ਬਾਰ ਬਾਰ ਰਿਪੀਟ ਕਰਦੇ ਜਾਈਏ ਨਾ ਫੇਰ ਆਪਾਂ ਪਹਿਲਾ ਕੁੰਡਾ ਬਣਾ ਲਾਂਗੇ ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਇਹ ਦੂਸਰਾ ਕੁੰਡਾ ਬਣਾ ਲੈਣਾ ਫੇਰ ਥ੍ਰੈਡ ਸਲਾਈ ਤੇ ਲਪੇਟ ਕੇ ਪਹਿਲਾ ਕੁੰਡਾ ਬਣਾ ਲੈਣਾ ਫੇਰ ਪਹਿਲਾਂ ਆਪਾਂ ਦੂਸਰਾ ਕੁੰਡਾ ਬਹੁਤ ਹੀ ਸੌਖਾ ਡਿਜ਼ਾਈਨ ਸਿਰਫ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਲਾਸਟ ਤੇ ਵੀ ਉਸੇ ਤਰ੍ਹਾਂ ਪਹਿਲਾਂ ਆਪਾਂ ਇਹ ਕੁੰਡਾ ਬਣਾ ਲਿਆ ਦੂਸਰਾ ਥ੍ਰੈਡ ਸਲਾਈ ਤੇ ਲਪੇਟਿਆ ਫਿਰ ਪਹਿਲਾ ਕੁੰਡਾ ਬਣਾ ਲਿਆ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਆਪਾਂ ਡਿਜ਼ਾਈਨ ਦੀ ਕੰਪਲੀਟ ਕਰ ਲਈ ਪਹਿਲੀ ਸਲਾਈ ਉਲਟੇ ਪਾਸੇ ਤੋਂ ਹੁਣ ਆਪਣੀ ਆ ਗਈ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਆਪਾਂ ਇਹ ਤਾਰੋ ਚਾਹੀ ਬਣੂ ਆਪਣੀ ਮਰਜ਼ੀ ਬਾਧੂ ਕੁੰਡਾ ਆਪਣਾ ਹੀ ਹੁਣ ਆਪਣੇ ਇਹ ਦੋ ਦੋ ਕੁੰਡਿਆਂ ਤੋਂ ਤਿੰਨ ਤਿੰਨ ਕੁੰਡੇ ਬਣੇ ਆ ਥ੍ਰੈਡ ਕਰ ਲੈਣਾ ਆਪਾਂ ਅੱਗੇ ਪਹਿਲਾਂ ਇੱਕ ਕੁੰਡਾ ਤਾਂ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਤਿੰਨ ਕੁੰਡਿਆਂ ਚ ਥ੍ਰੈਡ ਕਰਨਾ ਹੈ ਪਿੱਛੇ ਫਿਰ ਆਪਾਂ ਇਹ ਦੋ ਕੁੰਡੇ ਪਿਛਲੀ ਸਾਈਡ ਤੋਂ ਇੱਕ ਬਣਾ ਲੈਣਾ ਸਿੱਧਾ ਕੁੰਡਾ ਇਸ ਤਰ੍ਹਾਂ ਤਿੰਨ ਕੁੰਡੇ ਬਣੇ ਸੀ ਆਪਣੇ ਤਿੰਨਾ ਤੋਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਬਣ ਗਏ

ਇਹ ਰੋਸੇ ਤਰ੍ਹਾਂ ਕੁੰਡਾ ਉਲਟਾ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਪਿਛਲੀ ਸਾਈਡ ਤੋਂ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਲਾਸਟ ਇਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ ਥ्रेड ਕਰਾਂਗੇ ਅੱਗੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਇਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਫਿਰ ਥੋੜੀ ਸਲਾਈ ਤੁਹਾਨੂੰ ਆ ਬਣਾ ਕੇ ਦਿਖਾ ਦੇਣੀ ਹੈ ਪਹਿਲੀ ਸਲਾਈ ਫਿਰ ਉਸੇ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਪਹਿਲਾਂ ਤਾਰੋ ਚਾਹੇ ਬਣੋ ਆਪਣੀ ਮਰਜ਼ੀ ਫਿਰ ਇਹ ਦੋ ਕੁੰਡਿਆਂ ਤੇ ਉਸੇ ਤਰ੍ਹਾਂ ਡਿਜ਼ਾਈਨ ਪਹਿਲਾਂ ਆਪਾਂ ਪਹਿਲਾ ਕੁੰਡਾ ਬਣਾਉਣਾ ਉਲਟਾ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਕਮਾਉਣਾ ਫਿਰ ਆਪਾਂ ਪਹਿਲਾ ਕੁੰਡਾ ਬਣਾਉਣਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੇ ਡਿਜ਼ਾਈਨ ਪਹਿਲਾਂ ਆਪਾਂ ਇਹ ਕੁੰਡਾ ਦੂਸਰਾ ਬਣਾਉਣਾ ਥ੍ਰੈਡ ਸਲਾਈ ਤੇ ਕਮਾ ਕੇ ਫਿਰ ਪਹਿਲਾ ਬਣਾਉਣਾ ਫਿਰ ਉਸੇ ਤਰ੍ਹਾਂ पहला आपा दूसरा कुंडा उल्टा बना थ्रैड सिलाई तुमा के फिर पहला कुंडा बना लेना पहली सिलाई की तरह उस तरह पहला आप दूसरा कुंडा बनाया थ्रैड सिलाई पर कमाया फिर आप पहला बना लिया फिर उस तरह।, तरह पहला दूसरा कुंडा बनाया आप उल्टा थ्रैड सिलाई पर कमाया फिर आप ਇਸ ਤਰ੍ਹਾਂ ਇਹ ਪਹਿਲਾ ਕੁੰਡਾ ਬਣਾ ਲਿਆ। ਜੇ ਇਸੇ ਤਰ੍ਹਾਂ ਆਪਾਂ ਪਹਿਲੀ ਸਲਾਈ ਦੁਆਰਾ ਆਪਣੀ ਉਲਟੇ ਪਾਸੇ ਤੋਂ ਸ਼ੁਰੂ ਕਰ ਲੈਣੀ। ਫਿਰ ਆਪਾਂ ਉਸੇ ਤਰ੍ਹਾਂ ਪਹਿਲਾਂ ਦੂਸਰਾ ਕੁੰਡਾ ਬਣਾ ਕੇ ਥ੍ਰੈਡ ਸਲਾਈ ਤੇ ਘੁਮਾ ਕੇ ਫਿਰ ਪਹਿਲਾ ਕੁੰਡਾ ਬਣਾ ਲੈਣਾ ਉਲਟਾ। ਫਿਰ ਉਸੇ ਤਰ੍ਹਾਂ ਦੂਸਰਾ ਕੁੰਡਾ ਬਣਾ ਕੇ ਥ੍ਰੈਡ ਸਲਾਈ ਤੇ ਲਪੇਟ ਕੇ ਪਹਿਲਾ ਕੁੰਡਾ ਬਣਾ ਲੈਣਾ ਲਾਸਟ ਵਾਲਾ ਉਲਟਾ ਸਿੱਧੇ ਪਾਸੇ ਤੋਂ ਦੂਸਰੀ ਸਲਾਈ ਉਸੇ ਤਰ੍ਹਾਂ ਇੱਕ ਕੁੰਡਾ ਤਾਰਿਆ ਥ੍ਰੈਡ ਕੀਤਾ ਅੱਗੇ ਤਿੰਨ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਲਟਾ ਬਣਾ ਲਿਆ ਥ੍ਰੈਡ ਕੀਤਾ ਪਿੱਛੇ ਦੋ ਕੁੰਡਿਆਂ ਦਾ ਇੱਕ ਕਰਤਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਰਹਿ ਗਏ ਇਹੀ ਦੋ ਸਲਾਈਆਂ ਆਪਾਂ ਜਦ ਦੁਬਾਰਾ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਤੁਸੀਂ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਬਣਾ ਕੇ ਦੇਖਿਓ ਤੇ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ